ਸਤਿ ਸ਼੍ਰੀ ਅਕਾਲ ਜੀ, ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਜਨਰਲ ਮੋਟਰਸ ਨੇ 1000 ਤੋਂ ਜ਼ਿਆਦਾ ਕਰਮਚਾਰੀਆਂ ਦੀ ਕੀਤੀ ਛਾਂਟੀ, ਮੀਡੀਆ ਰਿਪੋਰਟਾਂ ਰਾਹੀਂ ਖਬਰਾਂ ਆਈਆਂ ਸਾਹਮਣੇ। ਓਨਟਾਰੀਓ 'ਚ ਆਏ ਹੜ੍ਹਾਂ ਕਾਰਨ 940 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਕੀਤਾ ਜਾ ਰਿਹਾ ਕਲੇਮ, ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਨੇ ਦਿੱਤੀ ਜਾਣਕਾਰੀ। ਵੀਰਵਾਰ ਤੋਂ ਸ਼ੁਰੂ ਹੋ ਸਕਦਾ ਹੈ ਰੇਲ ਕੰਪਨੀਆਂ ਦਾ ਲੌਕਆਊਟ, ਯੂਨੀਅਨ ਹੜਤਾਲ ਤੋਂ ਪਹਿਲਾਂ ਕਰ ਰਹੀ ਤਿਆਰੀ। ਅਮਰੀਕਾ 'ਚ ਨਾਗਰਿਕਤਾ ਲੈਣ ਵਾਲਿਆਂ ਲਈ ਵੱਡੀ ਖਬਰ, 5 ਲੱਖ ਪ੍ਰਵਾਸੀਆਂ ਦੇ ਜੀਵਨ ਸਾਥੀ ਤੇ ਬੱਚਿਆਂ ਨੂੰ ਮਿਲੇਗੀ PR। ਹੁਣ ਖਬਰਾਂ ਵਿਸਥਾਰ ਦੇ ਨਾਲ। ਜਨਰਲ ਸਟੋਰਸ ਨੇ 1000 ਤੋਂ ਜ਼ਿਆਦਾ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਗੱਲ ਕਹਿ ਦਿੱਤੀ ਹੈ। ਦਰਅਸਲ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵਿਸ਼ਵ ਪੱਧਰ 'ਤੇ ਜਨਰਲ ਮੋਟਰਸ ਕੰਪਨੀ ਵੱਲੋਂ 1000 ਤੋਂ ਵੱਧ ਵਿਅਕਤੀਆਂ ਦੁਆਰਾ ਆਪਣੇ ਕਰਮਚਾਰੀਆਂ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਆਟੋਮੇਕਰ ਆਪਣੇ ਸੌਫਟਵੇਅਰ ਅਤੇ ਸਰਵਿਸਿਜ਼ ਡਿਵੀਜ਼ਨ ਵਿੱਚ ਕਰਮਚਾਰੀਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਇਹ ਸੰਚਾਲਨ ਲਾਗਤਾਂ ਨੂੰ ਘਟਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਨਰਲ ਮੋਟਰਸ ਨੇ ਸੋਮਵਾਰ ਨੂੰ ਕਿਹਾ ਕਿ ਉਹ ਦੁਨੀਆ ਭਰ ਵਿੱਚ ਆਪਣੀ ਸੌਫਟਵੇਅਰ ਅਤੇ ਸੇਵਾ ਇਕਾਈਆਂ ਵਿੱਚ 1000 ਤੋਂ ਵੱਧ ਵੇਤਨ ਲੈਣ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੇ ਨੇ। GM ਦੇ ਇੱਕ ਬਿਆਨ ਦੇ ਵਿੱਚ ਕੀਤੀ ਗਈ ਛਾਂਟੀ ਦੀ ਪੁਸ਼ਟੀ ਕਰਦਿਆਂ ਹੋਇਆਂ ਕਿਹਾ ਗਿਆ ਕਿ ਜਿਵੇਂ ਕਿ ਅਸੀਂ GM ਦੇ ਭਵਿੱਖ ਦਾ ਨਿਰਮਾਣ ਕਰ ਰਹੇ ਹਾਂ, ਸਾਨੂੰ ਰਫ਼ਤਾਰ ਅਤੇ ਉਤਕ੍ਰਿਸ਼ਟਤਾ ਲਈ ਸਰਲੀਕਰਨ ਕਰਨਾ ਚਾਹੀਦਾ, ਵਿਕਲਪ ਬਣਾਉਣਾ ਚਾਹੀਦਾ ਅਤੇ ਉਹਨਾਂ ਨਿਵੇਸ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਨ੍ਹਾਂ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੋਵੇਗਾ। CNBC ਨੇ ਕਿਹਾ ਕਿ ਨੌਕਰੀ ਵਿੱਚ ਕਟੌਤੀ ਵਿੱਚ ਡੇਟਰਾਇਟ ਕਾਲਜ GM ਦੇ ਟੇਕ ਕੈਂਪਸ ਵਿੱਚ ਲਗਭਗ 600 ਨੌਕਰੀਆਂ ਸ਼ਾਮਿਲ ਨੇ। GM ਜਿਸਨੇ ਕਿਹਾ ਕਿ ਲਗਭਗ ਅੱਧੀ ਕਟੌਤੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਹੈ, ਉਹਦਾ ਕਹਿਣਾ ਹੈ ਕਿ ਕਟੌਤੀ ਲਾਗਤ ਵਿੱਚ ਕਟੌਤੀ ਦੇ ਕਾਰਨ ਨਹੀਂ ਸੀ, ਸਗੋਂ ਮਾਰਚ ਵਿੱਚ ਸੌਫਟਵੇਅਰ ਅਤੇ ਸੇਵਾਵਾਂ ਦੇ ਕਾਰਜਕਾਰੀ ਉਪ ਪ੍ਰਧਾਨ ਮਾਈਕ ਐਬਾਟ ਦੇ ਸਿਹਤ ਕਾਰਨਾਂ ਨਾਲ ਚਲੇ ਜਾਣ ਤੋਂ ਬਾਅਦ ਸੰਚਾਲਨ ਦੀ ਸਮੀਖਿਆ ਤੋਂ ਬਾਅਦ ਕੀਤੀ ਗਈ ਹੈ। ਐਬਟ ਐਪਲ ਦੇ ਸਾਬਕਾ ਕਾਰਜਕਾਰੀ ਸਨ ਤੇ ਐਬਟ ਨੂੰ 2023 ਵਿੱਚ GM ਦੇ ਸੌਫਟਵੇਅਰ ਵਿਕਾਸ ਯਤਨਾਂ ਦੀ ਅਗਵਾਈ ਕਰਨ ਲਈ ਨਿਯੁਕਤ ਕੀਤਾ ਗਿਆ ਸੀ, ਜਦਕਿ ਆਟੋਮੇਕਰ ਵੱਲੋਂ ਇਲੈਕਟ੍ਰਿਕ ਵਾਹਨਾਂ ਅਤੇ ਮੈਮਰੀ ਆਧਾਰਿਤ ਸੇਵਾਵਾਂ ਵਿੱਚ ਨਿਵੇਸ਼ ਵਿੱਚ ਵਾਧਾ ਕੀਤਾ ਗਿਆ ਸੀ। ਅਪ੍ਰੈਲ 2023 ਵਿੱਚ GM ਨੇ ਕਿਹਾ ਸੀ ਕਿ ਉਸਦੇ ਲਗਭਗ 5000 ਵੇਤਨ ਵਾਲੇ ਕਰਮਚਾਰੀਆਂ ਨੇ ਕੰਪਨੀ ਛੱਡਣ ਲਈ ਬਾਏ ਆਊਟ ਲਿਆ ਹੈ ਕਿਉਂਕਿ ਕੰਪਨੀ ਨੇ ਫਰਵਰੀ 2023 ਵਿੱਚ ਅਣਗਿਣਤ ਕਾਰਜਕਾਰੀ ਪੱਧਰ ਅਤੇ ਵੇਤਨ ਵਾਲੀਆਂ ਨੌਕਰੀਆਂ ਵਿੱਚ ਕਟੌਤੀ ਕਰਨ ਤੋਂ ਬਾਅਦ 2 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਕਟੌਤੀ ਟੀਚੇ ਨੂੰ ਹਾਸਲ ਕਰਨ ਲਈ ਕੰਮ ਕੀਤਾ ਸੀ। ਨੌਕਰੀਆਂ ਵਿੱਚ ਕਟੌਤੀ ਸੰਭਾਵੀ ਫੌਲ ਦੀਆਂ ਉਦਯੋਗਿਕ ਚਿੰਤਾਵਾਂ ਅਤੇ ਇਲੈਕਟ੍ਰਿਕ ਵਾਹਨਾਂ ਅਤੇ ਸੌਫਟਵੇਅਰ ਪ੍ਰਭਾਸ਼ਿਤ ਵਾਹਨਾਂ ਵਿੱਚ ਮਹੱਤਵਪੂਰਨ ਨਿਵੇਸ਼ਾਂ ਦੇ ਵਿਚਾਲੇ ਲਾਗਤਾਂ ਨੂੰ ਘਟਾਉਣ ਲਈ GM ਦੇ ਯਤਨਾਂ ਦਾ ਪਾਲਣ ਕਰਦੀਆਂ ਨੇ। GM ਨੇ ਹਾਲ ਹੀ ਦੇ ਵਿੱਚ ਆਪਣੇ ਨਵੇਂ ਸ਼ੈਵੀ ਬਲੇਜ਼ਰ EV ਵਿੱਚ ਸੌਫਟਵੇਅਰ ਮੁੱਦਿਆਂ ਨਾਲ ਚੁਣੌਤੀਆਂ ਦਾ ਸਾਹਮਣਾ ਕੀਤਾ, ਜਿਸ ਵਿੱਚ ਖਾਲੀ ਇਨਫੋਟੇਨਮੈਂਟ ਸਕਰੀਨ ਅਤੇ ਚਾਰਜਿੰਗ ਗਲਤੀ ਸੁਨੇਹੇ ਸ਼ਾਮਿਲ ਨੇ। ਕੰਪਨੀ ਨੇ ਇਹਨਾਂ ਸਮੱਸਿਆਵਾਂ ਦੇ ਕਾਰਨ ਪਿਛਲੇ ਦਸੰਬਰ ਵਿੱਚ ਇੱਕ ਸਟਾਪ ਸੇਲ ਨੋਟਿਸ ਜਾਰੀ ਕੀਤਾ ਸੀ, ਜਿਸ ਨੂੰ ਮਾਰਚ ਵਿੱਚ ਹਟਾ ਦਿੱਤਾ ਗਿਆ ਸੀ। ਟੈਸਲਾ ਦੇ ਫੁੱਲ ਸਵੈ ਡਰਾਈਵਿੰਗ ਸਿਸਟਮ ਦੇ ਪ੍ਰਤੀਯੋਗੀ ਜਨਵਰੀ ਵਿੱਚ GM ਦੁਆਰਾ ਆਪਣੇ ਅਲਟਰਾ ਕਰੂਜ਼ ਪ੍ਰੋਗਰਾਮ ਨੂੰ ਰੱਦ ਕਰਨ ਤੋਂ ਬਾਅਦ ਛਾਂਟੀ ਆਈ ਹੈ। ਕੰਪਨੀ ਨੇ FSD ਟੀਮ ਨੂੰ ਆਪਣੀ ਰੈਗੂਲਰ ਸੁਪਰ ਕਰੂਜ਼ ਟੀਮ ਨਾਲ ਮਿਲਾ ਦਿੱਤਾ ਹੈ। ਛਾਂਟੀ ਅਤੇ ਹਾਲੀਆ ਝਟਕਿਆਂ ਦੇ ਬਾਵਜੂਦ ਕੰਪਨੀ ਦਾ ਕਹਿਣਾ ਹੈ ਕਿ ਉਹ 2025 ਦੇ ਅੰਤ ਤੱਕ ਆਪਣੀ ਸਮਰੱਥਾ ਨੂੰ ਵਧਾਉਣ ਦੀ ਯੋਜਨਾ ਦੇ ਨਾਲ ਹੈਂਡ ਫ੍ਰੀ ਡਰਾਈਵਿੰਗ ਪ੍ਰਣਾਲੀ ਨੂੰ ਵਧਾਉਣ ਤੇ ਕੰਮ ਕਰਨਾ ਜਾਰੀ ਰੱਖ ਰਹੀ ਹੈ।
ਜੁਲਾਈ ਦੇ ਵਿੱਚ ਟੋਰਾਂਟੋ ਅਤੇ ਦੱਖਣੀ ਓਨਟਾਰੀਓ ਦੇ ਬਹੁਤ ਸਾਰੇ ਹਿੱਸੇ ਹੜ੍ਹਾਂ ਦੀ ਮਾਰ ਹੇਠ ਆ ਗਏ, ਜਿਸ ਤੋਂ ਬਾਅਦ ਕਲੇਮ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਵਿਖਾਈ ਦੇ ਰਹੀ ਹੈ। ਹੁਣ ਕੈਨੇਡਾ ਦੇ ਇੰਸ਼ੋਰੈਂਸ ਬਿਊਰੋ ਨੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦਾ ਕਹਿਣਾ ਹੈ ਕਿ 940 ਮਿਲੀਅਨ ਡਾਲਰ ਤੋਂ ਵੀ ਜ਼ਿਆਦਾ ਦਾ ਕਲੇਮ ਲੋਕਾਂ ਦੇ ਵੱਲੋਂ ਹੜ੍ਹਾਂ ਨੂੰ ਲੈ ਕੇ ਕੀਤਾ ਗਿਆ। 15 ਤੇ 16 ਜੁਲਾਈ 2024 ਦੇ ਵਿਚਾਲੇ ਟੋਰਾਂਟੋ ਅਤੇ ਦੱਖਣੀ ਓਨਟਾਰੀਓ ਦੇ ਹੋਰ ਹਿੱਸਿਆਂ ਵਿੱਚ ਆਈ ਤੀਬਰ ਫਲੈਸ਼ ਹੜ੍ਹ ਅਤੇ ਕੈਟਾਸਟ੍ਰੋਫ ਇੰਡੈਕਸਿਸ ਐਂਡ ਕੁਆਂਟੀਫਿਕੇਸ਼ਨ ਇੰਕ ਦੇ ਸ਼ੁਰੂਆਤੀ ਅਨੁਮਾਨਾਂ ਅਨੁਸਾਰ 940 ਮਿਲੀਅਨ ਡਾਲਰ ਤੋਂ ਵੱਧ ਬੀਮਾਯੁਕਤ ਨੁਕਸਾਨ ਹੋਣ ਦਾ ਅਨੁਮਾਨ ਹੈ। ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਦੀ ਵਾਈਸ ਪ੍ਰੈਜ਼ੀਡੈਂਟ ਅਮਾਂਡਾ ਡੀਨ ਦਾ ਕਹਿਣਾ ਹੈ ਕਿ ਬੀਮਾ ਉਦਯੋਗ ਨੇ ਲੰਮੇ ਸਮੇਂ ਤੋਂ ਚੇਤਾਵਨੀ ਦਿੱਤੀ ਹੈ ਕਿ ਮੌਸਮ ਦੀਆਂ ਗੰਭੀਰ ਘਟਨਾਵਾਂ ਅਕਸਰ ਅਤੇ ਤੀਬਰ ਹੋ ਜਾਂਦੀਆਂ ਰਹਿੰਦੀਆਂ ਨੇ। ਇਹ ਗਰਮੀਆਂ ਬਦਕਿਸਮਤੀ ਦੇ ਨਾਲ ਉਸ ਬਿਆਨ ਨੂੰ ਸਹੀ ਸਾਬਤ ਕੀਤਾ ਗਿਆ ਹੈ। ਓਨਟਾਰੀਓ ਅਤੇ ਅਟਲਾਂਟਿਕ ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਵਾਸਤੇ ਵਾਈਸ ਪ੍ਰੈਜ਼ੀਡੈਂਟ ਅਮਾਂਡਾ ਦਾ ਕਹਿਣਾ ਹੈ ਕਿ ਇਸ ਗਰਮੀਆਂ ਦੇ ਵਿੱਚ ਕੈਨੇਡਾ ਦੇ ਬੀਮਾ ਕਰਤਾ ਇੱਕੋ ਸਮੇਂ ਟੋਰਾਂਟੋ ਦੇ ਹੜ੍ਹਾਂ, ਕੈਲਗਰੀ ਵਿੱਚ ਗੜੇਮਾਰੀ, ਜੈਸਪਰ ਜੰਗਲ ਦੀ ਅੱਗ ਅਤੇ ਕਿਊਬੈਕ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਗਾਹਕਾਂ ਦੀ ਸਹਾਇਤਾ ਕਰ ਰਹੇ ਨੇ। ਬੀਮਾ ਉਦਯੋਗ ਓਨਟਾਰੀਓ, ਐਲਬਰਟਾ ਅਤੇ ਕਿਊਬੈਕ ਵਿੱਚ ਜ਼ਮੀਨ ਤੇ ਹੈ, ਗਾਹਕਾਂ ਦੀ ਮਦਦ ਕਰ ਰਿਹਾ ਹੈ ਕਿਉਂਕਿ ਉਹ ਆਪਣੀਆਂ ਜ਼ਿੰਦਗੀਆਂ ਨੂੰ ਇਕੱਠੇ ਕਰਦੇ ਨੇ। ਇਨ੍ਹਾਂ ਘਟਨਾਵਾਂ ਨੇ ਹਜ਼ਾਰਾਂ ਕੈਨੇਡੀਅਨਾਂ ਨੂੰ ਭਾਵਨਾਤਮਕ ਪਰੇਸ਼ਾਨੀ ਦਿੱਤੀ ਹੈ, ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਬੀਮਾ ਉਦਯੋਗ ਵੀ ਪਿਛਲੇ ਹਫ਼ਤੇ ਦੇ ਅੰਤ ਵਿੱਚ ਟੋਰਾਂਟੋ ਅਤੇ ਮੌਂਟਰੀਅਲ ਵਿੱਚ ਆਏ ਹੜ੍ਹਾਂ ਦਾ ਜਵਾਬ ਦੇਣ ਦੇ ਸ਼ੁਰੂਆਤੀ ਪੜਾਅ ਦੇ ਵਿੱਚ ਹੈ। ਵੀਕੈਂਡ ਤੇ ਆਇਰ ਓਨਟਾਰੀਓ ਵਿੱਚ ਆਏ ਤੂਫਾਨ ਨਾਲ ਪ੍ਰਭਾਵਿਤ ਗਾਹਕਾਂ ਲਈ ਬੀਮਾਕਰਤਾ ਵੀ ਮੌਜੂਦ ਹੋਣਗੇ। ਇਨ੍ਹਾਂ ਇੱਕੋ ਸਮੇਂ ਦੀਆਂ ਘਟਨਾਵਾਂ ਨੇ ਬਹੁਤ ਸਾਰੇ ਬੀਮਾਕਰਤਾਵਾਂ ਲਈ ਬੀਮਾ ਐਡਜਸਟਡ ਸਰੋਤਾਂ 'ਤੇ ਬਹੁਤ ਦਬਾਅ ਪਾਇਆ। IBC ਪੂਰੇ ਕੈਨੇਡਾ ਦੇ ਵਿੱਚ ਐਡਜਸਟਡ ਸਮਰੱਥਾ ਨੂੰ ਹੱਲ ਕਰਨ ਲਈ ਦੇਸ਼ ਭਰ ਦੀਆਂ ਸਰਕਾਰਾਂ ਅਤੇ ਰੈਗੂਲੇਟਰਾਂ ਨਾਲ ਕੰਮ ਕਰ ਰਿਹਾ ਹੈ। ਕੁਦਰਤੀ ਆਫ਼ਤਾਂ ਤੋਂ ਬਾਅਦ ਐਡਜਸਟਡ ਪਹੁੰਚ ਮਹੱਤਵਪੂਰਨ ਹੈ ਕਿਉਂਕਿ ਉਹ ਇਹ ਯਕੀਨੀ ਬਣਾਉਂਦੇ ਨੇ ਕਿ ਉਦਯੋਗ ਜਿੰਨੀ ਜਲਦੀ ਹੋ ਸਕੇ ਖਪਤਕਾਰਾਂ ਦੀ ਸਹਾਇਤਾ ਕਰਦਾ ਹੈ। ਕਲਾਈਮੇਟ ਚੇਂਜ ਐਂਡ ਫੈਡਰਲ ਇਸ਼ੂਜ਼ IBC ਦੇ ਵਾਈਸ ਪ੍ਰੈਜ਼ੀਡੈਂਟ ਕ੍ਰੇਗ ਸਟੀਵਰਟ ਨੇ ਕਿਹਾ ਕਿ ਇੱਕ ਮਹੀਨੇ ਦੇ ਅਰਸੇ ਵਿੱਚ ਕਈ ਵੱਡੀਆਂ ਕੁਦਰਤੀ ਆਫ਼ਤਾਂ ਦੇ ਨਾਲ, ਜਿਸ ਵਿੱਚ ਹਫ਼ਤੇ ਦੇ ਅੰਤ ਵਿੱਚ GTA ਵਿੱਚ ਭਾਰੀ ਮੀਂਹ ਦਾ ਇੱਕ ਹੋਰ ਦੌਰ ਸ਼ਾਮਿਲ ਹੈ। ਹੁਨਰਮੰਦ ਮਜ਼ਦੂਰਾਂ ਦੀ ਘਾਟ ਅਤੇ ਸਪਲਾਈ ਲੜੀ ਦੇ ਮੁੱਦਿਆਂ ਦੇ ਨਾਲ ਅਸੀਂ ਪ੍ਰਭਾਵਿਤ ਗਾਹਕਾਂ ਨੂੰ ਸਬਰ ਰੱਖਣ ਦੀ ਅਪੀਲ ਕਰ ਰਹੇ ਹਾਂ। ਪੁਨਰ ਨਿਰਮਾਣ ਦੇ ਵਿੱਚ ਸਮਾਂ ਲੱਗੇਗਾ। ਕ੍ਰੇਗ ਦਾ ਕਹਿਣਾ ਹੈ ਕਿ IBC ਅਤੇ ਇਸ ਦੇ ਮੈਂਬਰ ਦੇਸ਼ ਭਰ ਵਿੱਚ ਆਫ਼ਤ ਦੀ ਤਿਆਰੀ ਅਤੇ ਰਿਕਵਰੀ ਵਿੱਚ ਸੁਧਾਰ ਕਰਨ ਲਈ ਸਰਕਾਰਾਂ ਨੂੰ ਬੁਲਾ ਰਹੇ ਨੇ। ਕ੍ਰੇਗ ਸਟੀਵਰਟ ਨੇ ਅੱਗੇ ਕਿਹਾ ਕਿ ਜਦੋਂ ਤੱਕ ਫੈਡਰਲ ਸਰਕਾਰ ਇਸ ਫਾਲ ਵਿੱਚ ਨੈਸ਼ਨਲ ਫਲੱਡ ਇੰਸ਼ੋਰੈਂਸ ਪ੍ਰੋਗਰਾਮ ਨੂੰ ਖੜ੍ਹਾ ਕਰਨ ਲਈ ਲੋੜੀਂਦੇ ਸਰੋਤਾਂ ਦੀ ਵਚਨਬੱਧਤਾ ਨਹੀਂ ਕਰਦੀ, ਜਦਕਿ ਪ੍ਰੋਵਿੰਸ ਅਤੇ ਟੈਰੀਟਰੀ ਹੜ੍ਹਾਂ ਦੇ ਜੋਖਮ ਨੂੰ ਘਟਾਉਣ ਵਿੱਚ ਵਚਨਬੱਧਤਾ ਹੈ, ਬੀਮਾਕਰਤਾ ਅਗਲੀਆਂ ਸੰਘੀ ਚੋਣਾਂ ਤੋਂ ਪਹਿਲਾਂ ਪ੍ਰੋਗਰਾਮ ਦਾ ਸਮਰਥਨ ਕਰਨ ਦੇ ਯੋਗ ਨਹੀਂ ਹੋਣਗੇ। ਇੱਕ ਲੌਤਾ ਸਭ ਤੋਂ ਮਹੱਤਵਪੂਰਨ ਕਦਮ ਹੈ ਜੋ ਸਰਕਾਰ ਘਰਾਂ ਦੇ ਮਾਲਕਾਂ ਨੂੰ ਜਲਵਾਯੂ ਪਰਿਵਰਤਨ ਦੇ ਵਿੱਤੀ ਜੋਖਮਾਂ ਤੋਂ ਬਿਹਤਰ ਸੁਰੱਖਿਅਤ ਕਰਨ ਲਈ ਚੁੱਕ ਸਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਹੜ੍ਹਾਂ ਦੇ ਮੈਦਾਨਾਂ 'ਤੇ ਉਸਾਰੀ ਅਤੇ ਪੁਨਰ ਨਿਰਮਾਣ ਨੂੰ ਰੋਕਣ, ਤੂਫਾਨ ਦੇ ਪਾਣੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਅੱਗ ਅਤੇ ਹੜ੍ਹ ਪ੍ਰੂਫ ਘਰਾਂ ਲਈ ਪ੍ਰੋਗਰਾਮਾਂ ਸਮੇਤ ਆਫ਼ਤ ਘਟਾਉਣ ਵਿੱਚ ਨਿਵੇਸ਼ ਕਰਨ ਲਈ ਸਖ਼ਤ ਵਿਕਲਪ ਬਣਾਉਣੇ ਪੈਣਗੇ। ਜਿਵੇਂ ਕਿ ਇਸ ਸਾਲ ਦੇ ਸ਼ੁਰੂ ਵਿੱਚ IBC ਦੁਆਰਾ ਰਿਪੋਰਟ ਕੀਤਾ ਗਿਆ ਸੀ, 2023 ਵਿੱਚ ਗੰਭੀਰ ਮੌਸਮ ਨੇ ਪੂਰੇ ਕੈਨੇਡਾ ਵਿੱਚ 3.1 ਬਿਲੀਅਨ ਡਾਲਰ ਤੋਂ ਵੱਧ ਦਾ ਬੀਮਾ ਨੁਕਸਾਨ ਕੀਤਾ ਸੀ।
IBC ਦੇਸ਼ ਭਰ ਦੇ ਭਾਈਚਾਰਿਆਂ ਦੀ ਜਲਵਾਯੂ ਅਨੁਕੂਲਤਾ ਨੂੰ ਬਿਹਤਰ ਬਣਾਉਣ ਦੇ ਤਰੀਕਿਆਂ ਤੇ ਸੰਘੀ ਅਤੇ ਸੂਬਾਈ ਸਰਕਾਰਾਂ ਨਾਲ ਜੁੜਨਾ ਜਾਰੀ ਰੱਖ ਰਿਹਾ ਹੈ। ਕੈਨੇਡਾ ਵਿੱਚ ਗੰਭੀਰ ਮੌਸਮ ਨਾਲ ਸੰਬੰਧਿਤ ਬੀਮਾ ਯੁਕਤ ਨੁਕਸਾਨ ਹੁਣ ਨਿਯਮਿਤ ਤੌਰ ਤੇ $2 ਬਿਲੀਅਨ ਸਾਲਾਨਾ ਤੋਂ ਵੱਧ ਜਾਂਦਾ ਹੈ। ਤੁਲਨਾ ਕਰਕੇ 2001 ਅਤੇ 2010 ਦੇ ਵਿਚਾਲੇ ਕੈਨੇਡੀਅਨ ਬੀਮਾਕਰਤਾਵਾਂ ਦਾ ਔਸਤਨ $675 ਮਿਲੀਅਨ ਪ੍ਰਤੀ ਸਾਲ ਗੰਭੀਰ ਮੌਸਮ ਨਾਲ ਸੰਬੰਧਿਤ ਨੁਕਸਾਨ ਹੋਇਆ ਹੈ। ਬੀਤੇ ਕੁਝ ਦਿਨਾਂ ਤੋਂ ਇਹ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਕੈਨੇਡਾ ਦੇ ਵਿੱਚ ਰੇਲ ਕੰਪਨੀਆਂ ਹੜਤਾਲ ਕਰ ਸਕਦੀਆਂ ਨੇ ਤੇ ਹੁਣ ਇਸ ਖਬਰ ਦੇ ਉੱਤੇ ਮੋਹਰ ਲੱਗਦੀ ਹੋਈ ਵਿਖਾਈ ਦੇ ਰਹੀ ਹੈ। ਦਰਅਸਲ ਯੂਨੀਅਨਾਂ ਹੜਤਾਲ ਕਰਨ ਵਾਸਤੇ ਤਿਆਰ ਨੇ ਤੇ ਇਹ ਕਿਹਾ ਜਾ ਰਿਹਾ ਹੈ ਕਿ ਲੌਕਆਊਟ ਵੀਰਵਾਰ ਤੋਂ ਸ਼ੁਰੂ ਹੋ ਸਕਦਾ ਹੈ। ਕੈਨੇਡਾ ਦੀ ਮਾਲ ਗੱਡੀ ਪ੍ਰਣਾਲੀ ਠੱਪ ਹੋਣ ਦੇ ਕੰਡੇ ਤੇ ਆ ਚੁੱਕੀ ਹੈ ਤੇ ਇਹ ਹੜਤਾਲ ਕਿਉਂ ਕੀਤੀ ਜਾ ਰਹੀ ਹੈ ਉਹ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ। ਕੈਨੇਡੀਅਨ ਨੈਸ਼ਨਲ ਰੇਲਵੇ ਕੈਨੇਡਾ ਦੀਆਂ ਦੋ ਮੁੱਖ ਰੇਲ ਕੰਪਨੀਆਂ ਦੇ ਵਿੱਚੋਂ ਇੱਕ ਹੈ ਤੇ ਉਸਨੇ ਐਤਵਾਰ ਨੂੰ ਟੀਮਸਟਰਜ਼ ਯੂਨੀਅਨ ਨੂੰ ਰਸਮੀ ਤੌਰ ਤੇ ਸੂਚਿਤ ਕੀਤਾ ਹੈ ਕਿ ਉਹ ਵੀਰਵਾਰ ਤੋਂ ਯੂਨੀਅਨ ਵਰਕਰਾਂ ਲਈ ਲੌਕਡਾਊਨ ਸ਼ੁਰੂ ਕਰ ਦੇਵੇਗੀ। ਇੱਕ ਬਿਆਨ ਵਿੱਚ ਰੇਲਵੇ ਕੰਪਨੀ ਨੇ ਕਿਹਾ ਹੈ ਕਿ ਜਦੋਂ ਤੱਕ ਲੇਬਰ ਸੰਘਰਸ਼ ਦਾ ਕੋਈ ਫੌਰੀ ਅਤੇ ਨਿਸ਼ਚਿਤ ਹੱਲ ਨਹੀਂ ਹੁੰਦਾ, CN ਕੋਲ ਆਪਣੇ ਨੈੱਟਵਰਕ ਨੂੰ ਪੜਾਵਾਰ ਤਰੀਕੇ ਨਾਲ ਬੰਦ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ ਜੋ ਕਿ ਲੌਕਡਾਊਨ ਦੀ ਸ਼ਕਲ ਇਖਤਿਆਰ ਕਰ ਲਵੇਗਾ। ਕੰਪਨੀ ਨੇ ਕਿਹਾ ਕਿ ਵੀਕਐਂਡ ਦੌਰਾਨ ਹੋਈ ਗੱਲਬਾਤ ਦੇ ਬਾਵਜੂਦ ਕੋਈ ਅਰਥਪੂਰਨ ਪ੍ਰਗਤੀ ਨਹੀਂ ਹੋਈ ਅਤੇ ਦੋਵਾਂ ਧਿਰਾਂ ਵਿੱਚ ਮਤਭੇਦ ਨੇ। ਕੈਨੇਡਾ ਦਾ ਦੂਸਰਾ ਵੱਡਾ ਰੇਲ ਆਪਰੇਟਰ ਕੈਨੇਡੀਅਨ ਪੈਸੀਫਿਕ ਕੈਂਸਸ ਸਿਟੀ ਪਹਿਲਾਂ ਹੀ ਟੀਮਸਟਰਜ਼ ਯੂਨੀਅਨ ਨੂੰ ਸੂਚਿਤ ਕਰ ਚੁੱਕਾ ਹੈ ਕਿ ਵੀਰਵਾਰ ਤੋਂ ਉਹ ਮੈਂਬਰਾਂ ਲਈ ਤਾਲਾਬੰਦੀ ਯਾਨੀ ਕਿ ਲੌਕਡਾਊਨ ਸ਼ੁਰੂ ਕਰ ਦੇਵੇਗਾ। ਇਸ ਦਾ ਅਰਥ ਹੈ ਕਿ ਕੈਨੇਡਾ ਵਿੱਚ ਮਾਲ ਦੀ ਬਹੁਤਾਤ ਆਵਾਜਾਈ ਵੀਰਵਾਰ ਤੋਂ ਠੱਪ ਹੋਣ ਦੇ ਕੰਡੇ ਪਹੁੰਚ ਗਈ ਹੈ। ਦੂਜੇ ਪਾਸੇ ਟੀਮਸਟਰਜ਼ ਨੇ ਵੀ CPKC ਨੂੰ 72 ਘੰਟਿਆਂ ਦਾ ਹੜਤਾਲ ਨੋਟਿਸ ਦੇ ਦਿੱਤਾ ਹੈ। ਕੰਪਨੀਆਂ ਅਤੇ ਯੂਨੀਅਨ ਗੱਲਬਾਤ ਵਿੱਚ ਇੱਕ ਦੂਜੇ ਤੇ ਮਾੜੀ ਨੀਅਤ ਦੇ ਦੋਸ਼ ਲਗਾਉਂਦੇ ਨੇ। ਟੀਮਸਟਰਜ਼ ਯੂਨੀਅਨ ਦਾ ਕਹਿਣਾ ਹੈ ਕਿ CN ਰੇਲ ਅਤੇ CPKC ਅਜਿਹੀਆਂ ਰਿਆਇਤਾਂ ਦੀ ਮੰਗ ਕਰ ਰਹੇ ਨੇ ਜੋ ਕਾਮਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਸਕਦੀਆਂ ਨੇ। ਹਾਲਾਂਕਿ ਦੋਹਾਂ ਰੇਲ ਕੰਪਨੀਆਂ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਦੋਵੇਂ ਰੇਲ ਆਪਰੇਟਰਾਂ ਕੋਲ ਕਰੀਬ 9,300 ਵਰਕਰ ਨੇ ਅਤੇ ਕੰਮ ਠੱਪ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਆਪਣੀ ਤਿਆਰੀ ਵਜੋਂ ਰੇਲ ਕੰਪਨੀਆਂ ਨੇ ਸ਼ਿਪਮੈਂਟਸ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ। ਟੀਮਸਟਰਜ਼ ਯੂਨੀਅਨ ਅਤੇ ਕੰਪਨੀਆਂ ਵਿਚਾਲੇ ਇਕਰਾਰਨਾਮੇ ਦੀ ਗੱਲਬਾਤ ਆਮ ਤੌਰ 'ਤੇ 1 ਸਾਲ ਦੇ ਅੰਤਰਾਲ 'ਤੇ ਹੁੰਦੀ ਹੈ, ਪਰ 2022 ਵਿੱਚ ਫੈਡਰਲ ਸਰਕਾਰ ਦੁਆਰਾ ਥਕਾਵਟ ਦੇ ਨਵੇਂ ਨਿਯਮ ਲਾਗੂ ਕੀਤੇ ਜਾਣ ਤੋਂ ਬਾਅਦ CN ਨੇ ਨਵੇਂ ਸੌਦੇ ਲਈ ਗੱਲਬਾਤ ਕਰਨ ਦੀ ਬਜਾਏ ਆਪਣੇ ਮੌਜੂਦਾ ਸੌਦੇ ਨੂੰ 1 ਸਾਲ ਲਈ ਵਧਾਉਣ ਦੀ ਬੇਨਤੀ ਕੀਤੀ ਸੀ। ਇਸ ਦਾ ਅਰਥ ਹੈ ਕਿ ਦੋਵਾਂ ਕੰਪਨੀਆਂ ਦੇ ਲੇਬਰ ਸਮਝੌਤੇ 2023 ਦੇ ਅੰਤ ਵਿੱਚ ਖਤਮ ਹੋ ਗਏ ਸਨ ਤੇ ਉਦੋਂ ਤੋਂ ਗੱਲਬਾਤ ਜਾਰੀ ਹੈ। ਨਤੀਜੇ ਵਜੋਂ ਇਸ ਸੌਦੇਬਾਜ਼ੀ ਦੀ ਅਸਫਲਤਾ ਕੈਨੇਡੀਅਨ ਮਾਲ ਗੱਡੀ ਪ੍ਰਣਾਲੀ ਦਾ ਬਹੁਤਾ ਹਿੱਸਾ ਠੱਪ ਕਰ ਦੇਵੇਗੀ। ਯੂਨੀਅਨ ਦਾ ਕਹਿਣਾ ਹੈ ਕਿ CPKC ਸੁਰੱਖਿਆ ਲਈ ਜ਼ਰੂਰੀ ਥਕਾਵਟ ਸੰਬੰਧੀ ਸਾਰੇ ਪ੍ਰਬੰਧਾਂ ਦੇ ਸਮੂਹਿਕ ਸਮਝੌਤੇ ਨੂੰ ਖਤਮ ਕਰਨਾ ਚਾਹੁੰਦੀ ਹੈ, ਮਤਲਬ ਕਿ ਚਾਲਕ ਦਲ ਦੁਰਘਟਨਾ ਦੇ ਵਧੇ ਜ਼ੋਖਮਾਂ ਸਣੇ ਲੰਬੇ ਸਮੇਂ ਤੱਕ ਜਾਗਦੇ ਰਹਿਣ ਲਈ ਮਜਬੂਰ ਹੋਇਆ ਕਰਨਗੇ। CPKC ਦਾ ਕਹਿਣਾ ਹੈ ਕਿ ਇਸ ਦੀ ਪੇਸ਼ਕਸ਼ ਸਾਰੇ ਕੰਮ ਦੇ ਨਿਯਮਾਂ ਨੂੰ ਬਰਕਰਾਰ ਰੱਖਦੀ ਹੈ ਅਤੇ ਆਰਾਮ ਲਈ ਨਵੀਆਂ ਰੈਗੂਲੇਟਰੀ ਲੋੜਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੀ ਹੈ ਅਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਸਮਝੌਤਾ ਨਹੀਂ ਕਰਦੀ। ਟੀਮਸਟਰਜ਼ ਦਾ ਕਹਿਣਾ ਹੈ ਕਿ CN ਇੱਕ ਰੀਲੋਕੇਸ਼ਨ ਦੀ ਵਿਵਸਥਾ ਨੂੰ ਲਾਗੂ ਕਰਨਾ ਚਾਹੁੰਦਾ ਹੈ ਜਿਸ ਨਾਲ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਕਈ ਮਹੀਨਿਆਂ ਲਈ ਕਿਸੇ
ਕਾਮੇ ਨੂੰ ਕੈਨੇਡਾ ਵਿੱਚ ਕਿਸੇ ਹੋਰ ਹਿੱਸੇ ਵਿੱਚ ਜਾ ਕੇ ਕੰਮ ਕਰਨ ਦਾ ਆਦੇਸ਼ ਦਿੱਤਾ ਜਾ ਸਕਦਾ ਹੈ। ਸੀਐਨ ਦਾ ਕਹਿਣਾ ਹੈ ਕਿ ਉਸਨੇ ਡਿਊਟੀ ਅਤੇ ਆਰਾਮ ਦੀ ਮਿਆਦ ਦੀ ਨਿਗਰਾਨੀ ਕਰਨ ਵਾਲੇ ਸਰਕਾਰ ਦੁਆਰਾ ਨਿਰਧਾਰਿਤ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਇਸ ਸਾਲ ਤਨਖਾਹ, ਆਰਾਮ ਅਤੇ ਲੇਬਰ ਦੀ ਉਪਲਬਧਤਾ 'ਤੇ 4 ਪੇਸ਼ਕਸ਼ਾਂ ਕੀਤੀਆਂ ਨੇ। ਫੈਡਰਲ ਲੇਬਰ ਕੋਡ ਦੇ ਆਰਟੀਕਲ 107 ਦੇ ਤਹਿਤ ਲੇਬਰ ਮੰਤਰੀ ਸਟੀਵਨ ਮੈਕਨਨ ਕੋਲ ਵਿਆਪਕ ਸ਼ਕਤੀਆਂ ਨੇ ਅਤੇ ਉਹ ਦੋਵੇਂ ਧਿਰ ਪੱਖਾਂ ਨੂੰ ਬਾਇੰਡਿੰਗ ਆਰਬੀਟ੍ਰੇਸ਼ਨ ਦਾ ਆਦੇਸ਼ ਦੇ ਸਕਦੇ ਨੇ। ਬਾਇੰਡਿੰਗ ਆਰਬੀਟ੍ਰੇਸ਼ਨ ਵਿੱਚ ਕਿਸੇ ਆਰਬੀਟ੍ਰੇਟਰ ਯਾਨੀ ਕਿ ਫੈਸਲਾ ਕਰਵਾਉਣ ਵਾਲੇ ਵਿਚੋਲੇ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਸ ਵਿੱਚ ਦੋ ਪ੍ਰਸਤਾਵਾਂ ਵਿੱਚੋਂ ਇੱਕ ਸਮਝੌਤਾ ਤਿਆਰ ਕੀਤਾ ਜਾਂਦਾ ਹੈ। ਦੱਸ ਦਈਏ ਕਿ ਮੌਜੂਦਾ ਲਿਬਰਲ ਸਰਕਾਰ ਨੇ ਪਿਛਲੇ ਕੁਝ ਵਿਵਾਦਾਂ ਦੌਰਾਨ ਬਾਇੰਡਿੰਗ ਆਰਬੀਟ੍ਰੇਸ਼ਨ ਵਰਗੇ ਕਦਮ ਚੁੱਕਣ ਵਿੱਚ ਘੱਟ ਦਿਲਚਸਪੀ ਵਿਖਾਈ ਹੈ ਅਤੇ ਧਿਰਾਂ ਵੱਲੋਂ ਆਪਸੀ ਗੱਲਬਾਤ ਰਾਹੀਂ ਮਸਲਾ ਹੱਲ ਕਰਨ 'ਤੇ ਧਿਆਨ ਦੇਣ ਨੂੰ ਤਰਜੀਹ ਦਿੱਤੀ। ਇੱਕ ਗੁੰਝਲਦਾਰ ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ NDP ਦੇ ਸਮਰਥਨ ਕਰਕੇ ਸੱਤਾ ਦੇ ਵਿੱਚ ਟਿਕੀ ਹੋਈ ਹੈ ਅਤੇ NDP ਨੂੰ ਰਵਾਇਤੀ ਤੌਰ 'ਤੇ ਯੂਨੀਅਨਾਂ ਦਾ ਮਜ਼ਬੂਤ ਸਮਰਥਨ ਪ੍ਰਾਪਤ ਹੈ। ਸੋਮਵਾਰ ਨੂੰ ਇੱਕ ਕਾਨਫਰੰਸ ਦੌਰਾਨ NDP ਲੀਡਰ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਨੂੰ ਇਸ ਵਿਵਾਦ ਤੋਂ ਪਾਸੇ ਰਹਿਣ ਲਈ ਕਹਿ ਦਿੱਤਾ ਹੈ। ਅਮਰੀਕਾ ਦੀ ਜੋ ਬਾਇਡਨ ਸਰਕਾਰ ਨੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਵੱਡੀ ਖੁਸ਼ਖਬਰੀ ਦੇ ਦਿੱਤੀ ਹੈ। ਦਰਅਸਲ ਸਰਕਾਰ 5 ਲੱਖ ਪ੍ਰਵਾਸੀਆਂ ਦੇ ਜੀਵਨ ਸਾਥੀਆਂ ਨੂੰ PR ਦੇਣ ਦੀ ਸਲਾਹ ਬਣਾ ਰਹੀ ਹੈ ਅਤੇ ਉਹਨਾਂ ਦਾ ਨਾਗਰਿਕਤਾ ਲੈਣ ਦਾ ਸੁਪਨਾ ਵੀ ਪੂਰਾ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ਇਹਨਾਂ 5 ਲੱਖ ਪ੍ਰਵਾਸੀਆਂ ਦੇ ਨਾ ਕੇਵਲ ਜੀਵਨ ਸਾਥੀਆਂ ਨੂੰ ਬਲਕਿ ਉਹਨਾਂ ਦੇ ਬੱਚਿਆਂ ਨੂੰ ਵੀ ਗ੍ਰੀਨ ਕਾਰਡ ਦਿੱਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੇ ਨਵੇਂ ਪ੍ਰੋਗਰਾਮ ਨਾਲ 5 ਲੱਖ ਤੋਂ ਵੱਧ ਪ੍ਰਵਾਸੀ ਜੀਵਨ ਸਾਥੀ ਅਤੇ 50,000 ਤੋਂ ਵੱਧ ਬੱਚੇ ਅਮਰੀਕੀ ਨਾਗਰਿਕਤਾ ਵੱਲ ਵੱਧ ਸਕਣਗੇ। ਸੋਮਵਾਰ ਨੂੰ ਸ਼ੁਰੂ ਕੀਤੇ ਗਏ ਪ੍ਰੋਗਰਾਮ ਦੇ ਤਹਿਤ ਮਿਗੇਲ ਅਲੇਮੈਨ ਵਰਗੇ ਕਈ ਪ੍ਰਵਾਸੀਆਂ ਨੂੰ ਨਾਗਰਿਕਤਾ ਹਾਸਲ ਕਰਨ ਦਾ ਮੌਕਾ ਮਿਲੇਗਾ। ਮਿਗੇਲ ਨੂੰ 4 ਸਾਲ ਦੀ ਉਮਰ ਵਿੱਚ ਮੈਕਸੀਕੋ ਤੋਂ ਅਮਰੀਕਾ ਲਿਆਂਦਾ ਗਿਆ ਸੀ। ਉਹ ਹੁਣ 39 ਸਾਲਾਂ ਦਾ ਹੈ ਅਤੇ ਆਪਣੀ ਅਮਰੀਕੀ ਨਾਗਰਿਕ ਪਤਨੀ ਅਤੇ 2 ਛੋਟੇ ਬੱਚਿਆਂ ਨਾਲ ਇੱਥੇ ਰਹਿੰਦਾ ਹੈ। ਬਾਇਡਨ ਦਾ ਇਹ ਪ੍ਰੋਗਰਾਮ ਉਹਨਾਂ ਪ੍ਰਵਾਸੀਆਂ ਲਈ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੈ ਜੋ ਲੰਬੇ ਸਮੇਂ ਤੋਂ ਬਿਨਾਂ ਕਾਨੂੰਨੀ ਸਥਿਤੀ ਦੇ ਅਮਰੀਕਾ ਦੇ ਵਿੱਚ ਰਹਿ ਰਹੇ ਸਨ। ਇਹ ਕਦਮ 5 ਨਵੰਬਰ ਦੀਆਂ ਚੋਣਾਂ ਤੋਂ ਮਹੀਨੇ ਪਹਿਲਾਂ ਆਇਆ ਹੈ ਜਿੱਥੇ ਰਿਪਬਲਿਕਨ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਸਖ਼ਤ ਰੁੱਖ ਅਪਣਾ ਰਹੇ ਨੇ। ਇਸ ਪ੍ਰੋਗਰਾਮ ਤੋਂ ਬਿਨਾਂ ਮਿਗੇਲ ਨੂੰ ਆਪਣੇ ਪਰਿਵਾਰ ਤੋਂ ਦੂਰ ਮੈਕਸੀਕੋ ਵਾਪਸ ਜਾਣਾ ਪੈਣਾ ਸੀ ਅਤੇ ਸ਼ਾਇਦ 1 ਦਹਾਕੇ ਜਾਂ ਇਸ ਤੋਂ ਵੱਧ ਸਮੇਂ ਲਈ ਉੱਥੇ ਰਹਿਣਾ ਪੈਣਾ ਸੀ। ਪ੍ਰੋਗਰਾਮ ਫੈਮਿਲੀਜ਼ ਟੁਗੈਦਰ ਦਾ ਐਲਾਨ ਜੂਨ ਵਿੱਚ ਕੀਤਾ ਗਿਆ ਸੀ ਜਿਸ ਤਹਿਤ ਉਹ ਪ੍ਰਵਾਸੀ ਜੀਵਨ ਸਾਥੀ ਜੋ ਘੱਟੋ ਘੱਟ 10 ਸਾਲਾਂ ਤੋਂ ਅਮਰੀਕਾ ਰਹਿ ਰਹੇ ਨੇ ਅਪਲਾਈ ਕਰ ਸਕਦੇ ਸੀ। ਇਸ ਸਕੀਮ ਨਾਲ 50,000 ਤੋਂ ਵੱਧ ਬੱਚਿਆਂ ਨੂੰ ਵੀ ਲਾਭ ਮਿਲੇਗਾ ਜਿਨ੍ਹਾਂ ਦੇ ਮਾਤਾ ਪਿਤਾ ਅਮਰੀਕੀ ਨਾਗਰਿਕ ਨੇ। ਰਿਪਬਲਿਕਨ ਪਾਰਟੀ ਦੇ ਨੇਤਾ ਇਸ ਪ੍ਰੋਗਰਾਮ ਦੀ ਜਨਮਾਫੀ ਵਜੋਂ ਆਲੋਚਨਾ ਕਰ ਰਹੇ ਨੇ। ਉਹ ਵਾਅਦਾ ਕਰਦੇ ਨੇ ਕਿ ਜੇਕਰ ਉਹ ਸੱਤਾ ਵਿੱਚ ਵਾਪਸ ਆਉਂਦੇ ਨੇ ਤਾਂ ਇਸ ਯੋਜਨਾ ਦੇ ਤਹਿਤ ਯੋਗ ਪ੍ਰਵਾਸੀ ਪਤੀ ਪਤਨੀ ਅਮਰੀਕਾ ਛੱਡਣ ਦੀ ਜ਼ਰੂਰਤ ਤੋਂ ਬਿਨਾਂ ਸਥਾਈ ਨਿਵਾਸ ਯਾਨੀ ਕਿ ਗ੍ਰੀਨ ਕਾਰਡ ਲਈ ਅਰਜ਼ੀ ਦੇ ਸਕਦੇ ਨੇ ਅਤੇ 3 ਸਾਲਾਂ ਵਿੱਚ ਨਾਗਰਿਕਤਾ ਲਈ ਅਰਜ਼ੀਆਂ ਦੇ ਸਕਦੇ ਨੇ। ਹਾਲਾਂਕਿ ਪ੍ਰੋਗਰਾਮ ਨੂੰ ਰਿਪਬਲਿਕਨਾਂ ਤੋਂ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਕਾਂਗਰਸ ਦੇ ਰਿਪਬਲਿਕਨ ਮੈਂਬਰਾਂ ਨੇ ਰਾਸ਼ਟਰਪਤੀ ਜੋ ਬਾਇਡਨ ਖਿਲਾਫ਼ ਮਹਾਂਦੋਸ਼ ਦਾ ਮਾਮਲਾ ਦਰਜ ਕਰਵਾਇਆ ਹੈ ਪਰ ਇਸ ਸੰਬੰਧੀ ਕੋਈ ਠੋਸ ਸਬੂਤ ਨਹੀਂ। ਇਸ ਮਾਮਲੇ 'ਚ ਬਾਇਡਨ ਦੇ ਆਪਣੇ ਬੇਟੇ ਹੰਟਰ ਬਾਇਡਨ ਦੇ ਵਿਦੇਸ਼ੀ ਕਾਰੋਬਾਰੀ ਮਾਮਲਿਆਂ 'ਚ ਜੁੜੇ ਭ੍ਰਿਸ਼ਟਾਚਾਰ ਦੇ ਵੀ ਦੋਸ਼ ਲੱਗੇ ਨੇ। ਹਾਲਾਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਬਾਇਡਨ ਨੇ ਆਪਣੇ ਪੁੱਤ ਦੇ ਕਾਰੋਬਾਰੀ ਮਾਮਲਿਆਂ ਵਿੱਚ ਆਪਣੀ ਸਥਿਤੀ ਦੀ ਦੁਰਵਰਤੋਂ ਕੀਤੀ ਹੈ। ਜ਼ਿਕਰ ਖਾਸ ਹੈ
ਕਿ ਜੇਕਰ 5 ਲੱਖ ਪ੍ਰਵਾਸੀ ਪੱਕੇ ਹੁੰਦੇ ਨੇ ਤਾਂ ਫਿਰ ਬਹੁਤਾ ਫਾਇਦਾ ਭਾਰਤੀਆਂ ਨੂੰ ਵੀ ਮਿਲੇਗਾ, ਕਿਉਂਕਿ ਵੱਡੀ ਤਾਦਾਦ ਦੇ ਵਿੱਚ ਭਾਰਤੀ ਅਮਰੀਕਾ ਜਾ ਕੇ ਸੈਟਲ ਹੁੰਦੇ ਨੇ। ਯੋਰਕ ਯੂਨੀਵਰਸਿਟੀ ਨੂੰ ਵੀ ਸੰਭਾਵੀ ਹੜਤਾਲ ਦਾ ਹੁਣ ਸਾਹਮਣਾ ਕਰਨਾ ਪੈ ਰਿਹਾ ਹੈ। ਸਕੂਲੀ ਸਾਲ ਨੇੜੇ ਆ ਚੁੱਕਿਆ ਹੈ ਅਤੇ ਯੋਰਕ ਯੂਨੀਵਰਸਿਟੀ ਹੜਤਾਲ ਦੀ ਤਿਆਰੀ ਦੇ ਵਿੱਚ ਹੈ। ਫੈਕਲਟੀ ਮੈਂਬਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਹੜਤਾਲ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਪਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਦੇ ਨਾਲ ਗੱਲਬਾਤ ਵੀ ਜਾਰੀ ਹੈ ਪਰ ਉਸਦੇ ਕੋਈ ਸਿੱਟੇ ਨਹੀਂ ਨਿਕਲ ਰਹੇ। ਜਿਵੇਂ ਕਿ ਗਰਮੀਆਂ ਖਤਮ ਹੋਣ ਵਾਲੀਆਂ ਨੇ, ਯੋਰਕ ਯੂਨੀਵਰਸਿਟੀ ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਉਸੇ ਤਰ੍ਹਾਂ ਕਰ ਰਹੀ ਹੈ ਜਿਸ ਤਰ੍ਹਾਂ ਇਸਨੇ ਬੀਤੇ ਸਾਲ ਨੂੰ ਖਤਮ ਕੀਤਾ ਸੀ, ਯਾਨੀ ਕਿ ਹੜਤਾਲ ਤੇ ਕਰਮਚਾਰੀਆਂ ਦੇ ਨਾਲ। ਲਗਭਗ 1700 ਫੈਕਲਟੀ ਮੈਂਬਰ, ਲਾਇਬ੍ਰੇਰੀਅਨ ਅਤੇ ਆਰਕਵਿਸਟ ਹੜਤਾਲ ਦੀ ਸਥਿਤੀ ਵਿੱਚ ਨੇ ਅਤੇ ਕਹਿੰਦੇ ਨੇ ਕਿ ਵੱਡੇ ਵਰਗ ਦੇ ਆਕਾਰ ਅਤੇ ਵਿਭਾਗ ਦਾ ਪੁਨਰਗਠਨ ਕਲਾਸਰੂਮ ਨੂੰ ਨੁਕਸਾਨ ਪਹੁੰਚਾ ਰਿਹਾ ਹੈ। 4 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਕਲਾਸਾਂ ਦੇ ਨਾਲ ਯੂਨੀਅਨ ਅਤੇ ਯੂਨੀਵਰਸਿਟੀ ਬਾਰੇ ਸਾਰੇ ਹਫ਼ਤੇ ਦੇ ਅੰਤ ਵਿੱਚ ਗੱਲਬਾਤ ਕੀਤੀ ਜਾ ਰਹੀ ਸੀ। ਵਿਚਾਰ ਵਟਾਂਦਰੇ ਸੋਮਵਾਰ ਨੂੰ ਵੀ ਜਾਰੀ ਰਹੇ। ਯੋਰਕ ਯੂਨੀਵਰਸਿਟੀ ਫੈਕਲਟੀ ਐਸੋਸੀਏਸ਼ਨ ਯਾਨੀ ਕਿ ਯੂਫਾ ਦੇ ਅਨੁਸਾਰ ਮੈਂਬਰਾਂ ਨੇ 26 ਜੁਲਾਈ ਨੂੰ ਹੜਤਾਲ ਦੇ ਆਦੇਸ਼ 'ਤੇ ਵੋਟ ਦਿੱਤੀ ਸੀ, ਜਿਸ ਵਿੱਚ 83.8% ਵਿੱਚੋਂ 92.3% ਨੇ ਹੱਕ ਦੇ ਵਿੱਚ ਵੋਟ ਪਾਈ ਹੈ। ਜੇਕਰ ਕਾਮਿਆਂ ਨੂੰ ਹੜਤਾਲ ਕਰਨੀ ਚਾਹੀਦੀ ਹੈ ਤਾਂ ਇਹ 1 ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਯੋਰਕ ਦੇ ਕੈਂਪਸ ਵਿੱਚ 4th ਪਿਕਟ ਲਾਈਨ ਹੋਵੇਗੀ ਅਤੇ ਇਸ ਸਾਲ 2। UFA ਦੀ ਪ੍ਰਧਾਨ ਐਲੀ ਪਰਕਿੰਸ ਨੇ ਕਿਹਾ ਕਿ ਫੈਕਲਟੀ ਮੈਂਬਰਾਂ ਵਿੱਚ ਮਨੋਬਲ ਇਸ ਸਮੇਂ ਬਹੁਤ ਘੱਟ ਹੈ ਅਤੇ ਇਹ ਭਾਵਨਾ ਜਲਦੀ ਹੀ ਵਿਦਿਆਰਥੀਆਂ ਦੇ ਵਿੱਚ ਵੀ ਫੈਲ ਸਕਦੀ ਹੈ। ਪਰਕਿੰਸ ਦਾ ਕਹਿਣਾ ਹੈ ਕਿ ਜੇ ਕੋਈ ਹੜਤਾਲ ਹੁੰਦੀ ਹੈ ਤਾਂ ਕੁਝ ਲੋਕ ਫੈਸਲਾ ਕਰ ਸਕਦੇ ਨੇ ਕਿ ਉਹ ਇਹ ਥਾਂ ਨਹੀਂ ਹੈ ਜਿੱਥੇ ਉਹ ਅਧਿਐਨ ਕਰਨਾ ਚਾਹੁੰਦੇ ਨੇ ਅਤੇ ਅਸਲ ਦੇ ਵਿੱਚ ਬਹੁਤ ਬੁਰਾ ਹੈ। 2 ਅਗਸਤ ਨੂੰ ਲਗਭਗ 1700 ਯੂਨੀਵਰਸਿਟੀ ਕਰਮਚਾਰੀਆਂ ਲਈ ਸਮੂਹਿਕ ਸਮਝੌਤੇ ਦੀ ਮਿਆਦ ਖਤਮ ਹੋ ਗਈ ਸੀ। ਉਹਨਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿੱਚ ਪੁਨਰਗਠਨ ਦੇ ਵੱਡੇ ਕਲਾਸਾਂ ਦੇ ਆਕਾਰ, ਵਿਭਾਗ ਵਿੱਚ ਕਟੌਤੀ ਅਤੇ ਘੱਟ ਫੈਕਲਟੀ ਅਹੁਦਿਆਂ ਨੂੰ ਜਨਮ ਦਿੱਤਾ ਹੈ। ਉਹ ਇਹ ਵੀ ਕਹਿੰਦੇ ਨੇ ਕਿ ਮਜ਼ਦੂਰੀ ਜੀਵਨ ਦੇ ਵੱਧ ਰਹੇ ਖਰਚਿਆਂ ਦੇ ਨਾਲ ਤਾਲਮੇਲ ਨਹੀਂ ਰੱਖ ਰਹੀ। ਯੂਨੀਅਨ ਨੇ ਯੂਨੀਵਰਸਿਟੀ ਨੂੰ ਹੜਤਾਲ ਦੀ ਸਮਾਂ ਸੀਮਾ ਨਹੀਂ ਦਿੱਤੀ। ਪਰਕਿੰਸ ਨੇ ਕਿਹਾ ਕਿ ਹਫ਼ਤੇ ਦੇ ਅੰਤ ਵਿੱਚ ਗੱਲਬਾਤ ਲਾਭਕਾਰੀ ਸੀ ਅਤੇ ਯੂਨੀਅਨ ਉਦੋਂ ਤੱਕ ਗੱਲਬਾਤ ਜਾਰੀ ਰੱਖੇਗੀ ਜਦੋਂ ਤੱਕ ਕੋਈ ਸੌਦਾ ਜਾਂ ਕੋਈ ਰੁਕਾਵਟ ਨਹੀਂ ਆਉਂਦੀ। ਯੂਨੀਵਰਸਿਟੀ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਆਪਣੇ ਤਾਜ਼ਾ ਜਨਤਕ ਬਿਆਨ ਵਿੱਚ ਪੁਸ਼ਟੀ ਕੀਤੀ ਕਿ ਯੂਨੀਅਨ ਅਤੇ 1 ਵਿਚੋਲੇ ਨਾਲ ਸੋਮਵਾਰ ਨੂੰ ਗੱਲਬਾਤ ਜਾਰੀ ਰਹੀ। ਇਸ ਬਸੰਤ ਵਿੱਚ ਕਿਊਪ 3903 ਦੇ ਲਗਭਗ 3000 ਮੈਂਬਰ, ਯੋਰਕ ਦੇ ਕੰਟਰੈਕਟ ਪ੍ਰੋਫੈਸਰਾਂ, ਅਧਿਆਪਨ ਸਹਾਇਕਾਂ ਅਤੇ ਗ੍ਰੈਜੂਏਟ ਸਹਾਇਕਾਂ ਦੀ ਨੁਮਾਇੰਦਗੀ ਕਰਦੇ ਨੇ। 7 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਤਨਖਾਹਾਂ ਵਿੱਚ ਵਾਧੇ ਦੀ ਮੰਗ ਕਰ ਰਹੇ ਨੇ ਅਤੇ ਟੋਰਾਂਟੋ ਦੀ ਵੱਧਦੀ ਰਹਿਣ ਸਹਿਣ ਦੀ ਲਾਗਤ ਨੂੰ ਦਰਸਾ ਰਹੇ ਨੇ। ਜਿਵੇਂ ਕਿ ਹੜਤਾਲ ਅਪ੍ਰੈਲ ਤੱਕ ਫੈਲ ਗਈ ਸਮੈਸਟਰ ਨੂੰ ਵਧਾਇਆ ਗਿਆ ਤਾਂ ਜੋ ਵਿਦਿਆਰਥੀ ਪ੍ਰੀਖਿਆਵਾਂ ਨੂੰ ਖਤਮ ਕਰ ਸਕਣ ਅਤੇ ਗ੍ਰੈਜੂਏਟ ਹੋ ਸਕਣ। ਸਕੂਲ ਨੇ ਉਹਨਾਂ ਵਿਦਿਆਰਥੀਆਂ ਲਈ ਰਿਫੰਡ ਦੀ ਪੇਸ਼ਕਸ਼ ਵੀ ਕੀਤੀ ਜਿਨ੍ਹਾਂ ਨੇ ਉਸ ਸਮੈਸਟਰ ਵਿੱਚ ਆਪਣੇ ਕੋਰਸਾਂ ਨੂੰ ਪੂਰਾ ਨਾ ਕਰਨ ਦਾ ਫੈਸਲਾ ਕੀਤਾ। ਟੋਰਾਂਟੋ ਅਧਾਰਿਤ ਲੇਬਰ ਵਕੀਲ ਰਾਹੁਲ ਸੋਨੀ ਦਾ ਕਹਿਣਾ ਹੈ ਕਿ ਕੈਨੇਡਾ ਭਰ ਦੇ ਸ਼ਹਿਰਾਂ ਦੇ ਵਿੱਚ ਰਹਿਣ ਦਾ ਖਰਚਾ, ਜਨਤਕ ਯੂਨੀਵਰਸਿਟੀਆਂ ਲਈ ਕਰਮਚਾਰੀਆਂ ਨੂੰ ਉਚਿਤ ਤਨਖਾਹ ਦੇਣਾ ਅਤੇ ਉਹਨਾਂ ਦੇ ਵਿੱਦਿਅਕ ਆਦੇਸ਼ਾਂ ਨੂੰ ਪੂਰਾ ਕਰਨਾ ਔਖਾ ਬਣਾ ਰਿਹਾ ਹੈ। ਪਰ ਯੋਰਕ ਵਿੱਚ ਲੰਮੀਆਂ ਹੜਤਾਲਾਂ ਦਾ ਇਤਿਹਾਸ ਰਿਹਾ ਹੈ ਜੋ ਵਿਸ਼ੇਸ਼ ਤੌਰ 'ਤੇ ਇਸ ਵਾਰ ਸਕੂਲ ਦੀ ਸਾਖ ਨੂੰ ਠੇਸ ਪਹੁੰਚਾ ਸਕਦੇ ਨੇ।
ਇਸ ਸਾਲ ਤੋਂ ਪਹਿਲਾਂ ਯੋਰਕ ਵਿਖੇ ਸਭ ਤੋਂ ਤਾਜ਼ਾ ਹੜਤਾਲ 2018 ਵਿੱਚ ਹੋਈ ਸੀ। ਸਕੂਲ ਦੇ ਕਿਊਬ 4903 ਮੈਂਬਰ ਉਹੀ ਲੋਕ ਨੇ ਜਿਨ੍ਹਾਂ ਨੇ ਇਸ ਬਸੰਤ ਵਿੱਚ ਚੋਣ ਕੀਤੀ 143 ਦਿਨਾਂ ਲਈ ਨੌਕਰੀ ਛੱਡ ਦਿੱਤੀ, ਜਿਸ ਨਾਲ ਕੈਨੇਡੀਅਨ ਯੂਨੀਵਰਸਿਟੀ ਵਿੱਚ ਹੁਣ ਤੱਕ ਦੀ ਸਭ ਤੋਂ ਲੰਬੀ ਹੜਤਾਲ ਬਣੀ ਹੋਈ ਹੈ। ਪਰ ਪ੍ਰੋਵਿੰਸ ਆਖਿਰਕਾਰ ਉਹਨਾਂ ਨੂੰ ਕੰਮ 'ਤੇ ਵਾਪਸ ਲਿਆਈ। ਪਰ ਯੂਐਫਓ ਦੇ ਮੈਂਬਰਾਂ ਨੇ ਆਖਰੀ ਵਾਰ 1997 ਵਿੱਚ ਹੜਤਾਲ ਕੀਤੀ ਸੀ। ਇਹ ਹੜਤਾਲ ਸਿਰਫ 3 ਮਹੀਨਿਆਂ ਤੱਕ ਚੱਲੀ ਸੀ। ਉਦੋਂ ਤੋਂ ਯੋਰਕ ਕੈਂਪਸ ਵਿੱਚ 5 ਕਰਮਚਾਰੀਆਂ ਦੀਆਂ ਹੜਤਾਲਾਂ ਹੋ ਚੁੱਕੀਆਂ ਨੇ। ਕੈਨੇਡਾ ਦੇ ਵਿੱਚ 24 ਸਾਲਾਂ ਮੁਟਿਆਰ ਸਤਵੀਰ ਕੌਰ ਨੇ ਨਾ ਕੇਵਲ ਪੰਜਾਬੀਆਂ ਦਾ ਬਲਕਿ ਪੂਰੇ ਭਾਰਤ ਦਾ ਸਿਰ ਮਾਨ ਦੇ ਨਾਲ ਉੱਚਾ ਕਰ ਦਿੱਤਾ ਹੈ। ਦਰਅਸਲ ਸਤਵੀਰ ਕੌਰ ਨੇ ਆਪਣੇ ਸੁਪਨੇ ਸਾਕਾਰ ਕੀਤੇ ਨੇ ਅਤੇ ਸਖ਼ਤ ਮਿਹਨਤ ਦੇ ਦਮ ਉੱਤੇ ਅੱਜ ਕੈਨੇਡਾ ਦੇ ਵਿੱਚ ਸਹਾਇਕ ਜੇਲ੍ਹ ਸੁਪਰੀਡੈਂਟ ਬਣ ਚੁੱਕੀ ਹੈ। ਸਤਵੀਰ ਕੌਰ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਦੱਸੀ ਜਾਂਦੀ ਹੈ। ਨਾਲ ਹੀ ਦੱਸ ਦਈਏ ਕਿ ਸਤਵੀਰ ਕੌਰ ਅਗਲੇ ਮਹੀਨੇ ਆਪਣੀ ਡਿਊਟੀ ਜੁਆਇਨ ਕਰੇਗੀ। ਜ਼ਿਲ੍ਹਾ ਬਰਨਾਲਾ ਦੇ ਪਿੰਡ ਅਤਰਗੜ੍ਹ ਦੀ ਇੱਕ 24 ਸਾਲਾ ਮੁਟਿਆਰ ਸਤਵੀਰ ਕੌਰ ਨੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਦਿਆਂ ਹੋਇਆਂ ਸਖ਼ਤ ਮਿਹਨਤ ਦੇ ਦਮ 'ਤੇ ਕੈਨੇਡਾ 'ਚ ਸਹਾਇਕ ਜੇਲ੍ਹ ਸੁਪਰੀਡੈਂਟ ਬਣ ਕੇ ਜ਼ਿਲ੍ਹਾ ਬਰਨਾਲਾ ਹੀ ਨਹੀਂ ਸਮੁੱਚੇ ਪੰਜਾਬ ਅਤੇ ਭਾਰਤ ਦਾ ਮਾਣ ਵਧਾਇਆ ਹੈ। ਉਸ ਦੀ ਇਸ ਪ੍ਰਾਪਤੀ 'ਤੇ ਪਿੰਡ ਅਤਰਗੜ੍ਹ 'ਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਸਤਵੀਰ ਕੌਰ ਦੇ ਪਿਤਾ ਹਰਬੰਸ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸਤਵੀਰ ਕੌਰ 4 ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੈ, ਜਿਸ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਹੀ ਪ੍ਰਾਈਵੇਟ ਮਸਕਟ ਸਕੂਲ ਵਿੱਚ ਕੀਤੀ ਅਤੇ 12ਵੀਂ ਕਲਾਸ ਮੈਡੀਕਲ ਨਾਲ ਕਿੰਗਜ਼ ਬਰਨਾਲਾ ਤੋਂ ਕੀਤੀ ਅਤੇ 2018 ਵਿੱਚ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਪੜ੍ਹਨ ਚਲੀ ਗਈ। ਕੈਨੇਡਾ ਵਿੱਚ ਉਸਨੇ ਪੜ੍ਹਾਈ ਪੂਰੀ ਕਰਨ ਉਪਰੰਤ ਸਰਕਾਰੀ ਬੱਸ ਦੇ ਡਰਾਈਵਰ ਵਜੋਂ ਨੌਕਰੀ ਹਾਸਲ ਕਰ ਲਈ। ਪਰ ਸਤਵੀਰ ਕੌਰ ਇਸ ਤੋਂ ਵੱਡਾ ਮੁਕਾਮ ਹਾਸਲ ਕਰਨਾ ਚਾਹੁੰਦੀ ਸੀ। ਉਸਨੇ ਡਰਾਈਵਰੀ ਦੇ ਨਾਲ ਨਾਲ ਸਹਾਇਕ ਜੇਲ੍ਹ ਸੁਪਰੀਡੈਂਟ ਵਜੋਂ 16 ਅਗਸਤ 2024 ਨੂੰ ਆਪਣੀ ਟ੍ਰੇਨਿੰਗ ਪੂਰੀ ਕਰਦਿਆਂ ਕੀਤੀ ਅਤੇ ਉਸਦੀ ਚੋਣ ਹੋ ਗਈ ਅਤੇ ਹੁਣ ਉਹ ਕੈਨੇਡਾ ਦੇ ਅਲਬਰਟਾ ਸ਼ਹਿਰ ਤੋਂ ਕਰੀਬ 300 ਕਿਲੋਮੀਟਰ ਟਾਪੂ 'ਤੇ ਬਣੀ ਜੇਲ੍ਹ ਦੇ ਵਿੱਚ ਸਹਾਇਕ ਸੁਪਰੀਡੈਂਟ ਦੇ ਵਜੋਂ ਤੈਨਾਤ ਕੀਤੀ ਜਾਵੇਗੀ। ਸਤਵੀਰ ਕੌਰ 9 ਸਤੰਬਰ 2024 ਨੂੰ ਆਪਣੀ ਡਿਊਟੀ ਜੁਆਇਨ ਕਰ ਲਵੇਗੀ। ਉਸਦੇ ਪਿਤਾ ਨੇ ਕਿਹਾ ਕਿ ਉਸਦੀ ਧੀ ਬਹੁਤ ਮਿਹਨਤੀ ਹੈ ਅਤੇ ਉਸਦੀ ਮਿਹਨਤ ਰੰਗ ਲਿਆਈ ਹੈ ਅਤੇ ਉਹਨਾਂ ਨੂੰ ਆਪਣੀ ਧੀ ਦੀ ਇਸ ਨਿਯੁਕਤੀ ਦੇ ਉੱਤੇ ਬਹੁਤ ਮਾਣ ਹਾਸਲ ਹੋ ਰਿਹਾ ਹੈ। ਜ਼ਿਕਰ ਖਾਸ ਹੈ ਕਿ ਸਤਵੀਰ ਕੌਰ ਦੇ ਪਿਤਾ ਖੁਦ ਵੀ ਪੰਜਾਬ ਪੁਲਿਸ ਦੇ ਜੇਲ੍ਹ ਵਿਭਾਗ ਦੇ ਵਿੱਚ ਸੇਵਾਵਾਂ ਨਿਭਾ ਚੁੱਕੇ ਨੇ ਅਤੇ ਅਜਿਹੇ ਦੇ ਵਿੱਚ ਉਹਨਾਂ ਦੀ ਧੀ ਦੇ ਵੱਲੋਂ ਵੀ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਣ ਤੋਂ ਬਾਅਦ ਪੂਰੇ ਪਰਿਵਾਰ ਨੂੰ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ। ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ 'ਤੇ। ਜਨਰਲ ਮੋਟਰਸ ਨੇ 1000 ਤੋਂ ਜ਼ਿਆਦਾ ਕਰਮਚਾਰੀਆਂ ਦੀ ਕੀਤੀ ਛਾਂਟੀ, ਮੀਡੀਆ ਰਿਪੋਰਟਾਂ ਰਾਹੀਂ ਖ਼ਬਰਾਂ ਆਈਆਂ ਸਾਹਮਣੇ। ਓਨਟਾਰੀਓ 'ਚ ਆਏ ਹੜ੍ਹਾਂ ਕਾਰਨ 940 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਕੀਤਾ ਜਾ ਰਿਹਾ ਕਲੇਮ, ਇੰਸ਼ੋਰੈਂਸ ਬਿਊਰੋ ਆਫ ਕੈਨੇਡਾ ਨੇ ਦਿੱਤੀ ਜਾਣਕਾਰੀ। ਵੀਰਵਾਰ ਤੋਂ ਸ਼ੁਰੂ ਹੋ ਸਕਦਾ ਹੈ ਰੇਲ ਕੰਪਨੀਆਂ ਦਾ ਲੌਕਆਊਟ, ਯੂਨੀਅਨ ਹੜਤਾਲ ਤੋਂ ਪਹਿਲਾਂ ਕਰ ਰਹੀ ਤਿਆਰੀ। ਅਮਰੀਕਾ 'ਚ ਨਾਗਰਿਕਤਾ ਲੈਣ ਵਾਲਿਆਂ ਲਈ ਵੱਡੀ ਖਬਰ, 5 ਲੱਖ ਪ੍ਰਵਾਸੀਆਂ ਦੇ ਜੀਵਨ ਸਾਥੀ ਤੇ ਬੱਚਿਆਂ ਨੂੰ ਮਿਲੇਗੀ ਪੀਆਰ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ, ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਧੰਨਵਾਦ।